ਰਿੰਪੀ ਕੌਰ ਜੀ ਤੁਹਾਡੀ ਇੱਕ ਰਿਕਾਰਡਿੰਗ ਵਾਇਰਲ ਹੋਈ ਸੀ ਜਿਹਦੇ ਵਿੱਚ ਕਿ ਇੱਕ ਸਰਪੰਚ ਕੁਝ ਜਾਤੀ ਸੂਚਕ ਸ਼ਬਦ ਬੋਲ ਰਿਹਾ ਸੀ ਹੈ ਨਾ। ਹਾਂਜੀ। ਉਸ ਤੋਂ ਬਾਅਦ ਤੁਸੀਂ ਕੋਈ ਦਰਖਾਸਤ ਵੀ ਦਿੱਤੀ ਸੀ ਐਸ ਐਚ ਓ ਕ੍ਰਿਸ਼ਨ ਲਾਲ ਜੀ ਤੁਹਾਡੇ ਨਾਲ ਸੀ ਹੈ ਨਾ, ਅਤੇ ਉਸ ਤੋਂ ਬਾਅਦ ਉਸ ਚੀਜ਼ ਦਾ ਰਾਜ਼ੀਨਾਮਾ ਹੋ ਗਿਆ ਹੈ ਨਾ। ਹਾਂਜੀ ਹਾਂਜੀ। ਅਤੇ ਅਸੀਂ ਗਰੁੱਪ ਦੇ ਵਿੱਚ ਨਾ ਰਿਕਾਰਡਿੰਗਾਂ ਸੁਣੀਆਂ ਸੀਗੀਆਂ ਵੀ ਕੋਈ ਬਾਪੂ ਕਿਰਪਾਲ ਸਿੰਘ ਜੀ ਰੰਗਰੇਟਾ, ਉਹ ਕਹਿੰਦੇ ਵੀ ਰਿੰਪੀ ਨੇ ਪੈਸੇ ਲੈ ਕੇ ਰਾਜ਼ੀਨਾਮਾ ਕਰ ਲਿਆ ਹੈ ਨਾ, ਅਤੇ ਅਸੀਂ ਅੱਜ ਤੁਹਾਡੇ ਕੋਲ ਪਹੁੰਚੇ ਹਾਂ ਵੀ ਸਾਡੇ ਦਰਸ਼ਕ ਆ ਉਹਨਾਂ ਨੂੰ ਜਾਣਕਾਰੀ ਦਿਓ ਤੁਸੀਂ ਵੀ ਕੀ ਇਹ ਸੱਚ ਆ। ਜਦੋਂ ਇਹਨਾਂ ਸਾਰਿਆਂ ਨੂੰ ਵੀਰ ਜੀ ਮੈਂ ਗਰੁੱਪ ਵਿੱਚ ਵੀ ਰਿਕਾਰਡਿੰਗਾਂ ਪਾਈਆਂ, ਤਕਰੀਬਨ 7-8 ਤਰੀਕ ਦਾ ਮਾਮਲਾ ਸੀਗਾ, 15 ਦਿਨ ਬੀਤ ਗਏ ਸੀ ਅਤੇ ਕਿਸੇ ਨੇ ਆ ਕੇ ਬਾਤ ਨਹੀਂ ਪੁੱਛੀ ਗੀ, ਅਤੇ ਚੈਨਲ 'ਤੇ ਵੀ ਖਬਰ ਚੱਲੀ ਸੀਗੀ ਅਤੇ ਕੋਈ ਵੀ ਨਹੀਂ ਆਇਆ ਉਸ ਟਾਈਮ 'ਤੇ। ਮੈਂ ਅਤੇ ਮੇਰੇ ਘਰ ਵਾਲਾ ਹੀ ਬਿਆਨ ਦੇਣ ਵਾਸਤੇ ਗਏ ਸੀ ਅਤੇ ਇਹ ਹੁਣ ਬੈਠੇ ਲਾਈਵ ਹੁੰਦੇ ਆ ਅਤੇ ਜਦੋਂ ਮੈਦਾਨ 'ਚ ਆਉਣਾ ਪੈਂਦਾ ਅਤੇ ਉਦੋਂ ਪਤਾ ਲੱਗਦਾ ਵੀ ਮੈਦਾਨ ਦੇ ਵਿੱਚ ਕੀ ਕੀ ਸੱਚਾਈ ਹੁੰਦੀ ਹੈ। ਇਹ ਮੇਰੇ ਬਰਾਬਰ ਆ ਕੇ ਖੜ੍ਹਦੇ ਤਾਂ ਇਹਨਾਂ ਨੂੰ ਫਿਰ ਪਤਾ ਲੱਗਣਾ ਸੀ, ਹੁਣ ਤਾਂ ਬੈਠੇ ਇਹ ਪਹਿਲਾਂ ਤਾਂ ਇਹਨਾਂ ਨੇ ਕਹਿਤਾ ਵਾਹ ਵਾਹ, ਬਾਅਦ 'ਚ ਜਦੋਂ ਇਹ ਆਏ ਨਹੀਂ ਅਤੇ ਹੁਣ ਇਹ ਇੱਦਾਂ ਕਹੀ ਜਾਂਦੇ ਆ ਵੀ ਕੋਈ ਜਦੋਂ ਵੀ ਸਮਾਜ ਦਾ ਕੋਈ ਕੁੜੀ ਜਾਂ ਮੁੰਡਾ ਅੱਗੇ ਵੱਧਦਾ ਤਾਂ ਉਦੋਂ ਫਿਰ ਇਹ ਇੱਦਾਂ ਹੀ ਕਰਦੇ ਆ। ਨਹੀਂ, ਰਾਜ਼ੀਨਾਮਾ ਕਰਨ ਦਾ ਕਾਰਨ ਕੀ ਸੀ? ਰਾਜ਼ੀਨਾਮਾ ਕਰਨ ਦਾ ਕਾਰਨ ਇੱਕ ਤਾਂ ਸਮਾਜ ਦੇ ਨਾ ਕੋਈ ਮੁੰਡਾ ਨਾ ਕੋਈ ਕੁੜੀ, ਕੋਈ ਵੀ ਸਮਾਜ ਦਾ ਲੀਡਰ ਅੱਗੇ ਨਹੀਂ ਆਇਆ ਗਾ। ਮੈਂ ਅਤੇ ਅੰਕਲ ਕ੍ਰਿਸ਼ਨ ਲਾਲ ਹੀ ਸੀ, ਉਹਨਾਂ ਨੂੰ ਵੀ ਇੱਕ ਦਿਨ ਜ਼ਰੂਰੀ ਕੰਮ ਪੈ ਗਿਆ, ਅਸੀਂ ਇਕੱਲੇ ਰਹਿ ਗਏ ਸੀਗੇ ਅਤੇ ਦੂਸਰਾ ਉਹ ਜਿਹੜਾ ਬੰਦਾ ਸੀ ਉਹਨੇ ਮਾਫ਼ੀ ਮੰਗੀ। ਇਹੀ ਚੱਕਰ ਸੀਗਾ, ਉਹਨੇ ਮਾਫ਼ੀ ਮੰਗ ਲਈ। ਅਤੇ ਕੁੜੀ ਵਾਸਤੇ ਇਹ ਗੱਲ ਬਹੁਤ ਵੱਡੀ ਹੁੰਦੀ ਹੈ, ਜੇ ਮੇਰੇ ਨਾਲ 5 ਮੁੰਡੇ ਬਰਾਬਰ ਖੜ੍ਹੇ ਹੁੰਦੇ ਤਾਂ ਉਹ ਅਸੀਂ ਉਹ 'ਤੇ ਪਰਚਾ ਵੀ ਕਰਵਾ ਦੇਣਾ ਸੀਗਾ। ਉਮਰ ਕਾਫੀ ਸੀ ਨਾ ਉਹਨਾਂ ਦੀ, ਉਮਰ ਘੱਟ ਤੋਂ ਘੱਟ 63 ਸਾਲ ਦੀ ਅਤੇ ਹਾਰਟ ਅਟੈਕ ਦਾ ਮਰੀਜ਼ ਸੀ। ਪਰਿਵਾਰ ਦੇ ਵਿੱਚ ਉਹਨਾਂ ਦੇ 2-3 ਮੌਤਾਂ ਹੋਈਆਂ, ਇਕੱਲੇ ਹੀ ਆਪਦੇ ਭਤੀਜੇ ਨਾਲ ਰਹਿੰਦਾ। ਰਿੰਪੀ ਜੀ ਜਿਹੜੇ ਇਲਜ਼ਾਮ ਤੁਹਾਡੇ 'ਤੇ ਲਾ ਰਹੇ ਸੀ ਕਿ ਪੈਸੇ ਲੈ ਜਾਂ ਕੁਛ, ਉਹ ਮੱਲਣ ਪਿੰਡ ਤਾਂ ਉਹ ਵੀਰ ਜੀ ਉੱਥੇ ਹੀ ਖੜ੍ਹਾ ਹੈ, ਉਸ ਪਿੰਡ ਵਿੱਚ ਆ ਕੇ ਪਤਾ ਕਰ ਲੈਣ ਕਿਹੜੇ ਸਾਲੇ ਤੋਂ ਪੈਸੇ ਲਏ ਆ। ਜਿਵੇਂ ਗਲਤ ਇਲਜ਼ਾਮ ਤੁਹਾਡੇ 'ਤੇ ਲਾ ਰਹੇ ਆ, ਬਿਲਕੁਲ ਕਹਿ ਰਹੇ ਹੋ ਵਾਰ ਵਾਰ ਕਿ ਤੁਹਾਡੇ ਕੋਈ ਨਾਲ ਆ ਕੇ ਨਹੀਂ ਖੜਾ ਗਿਆ, ਤੁਹਾਨੂੰ ਨਹੀਂ ਲੱਗਦਾ ਵੀ ਖੜਨਾ ਚਾਹੀਦਾ ਤੁਹਾਡੇ ਨਾਲ? ਇਹਨਾਂ ਨੂੰ ਖੜਨਾ ਚਾਹੀਦਾ ਸੀ, ਮੈਨੂੰ ਕਿਹੜਾ ਉਹਨੇ ਕਿਹਾ ਸੀਗਾ, ਪੂਰੇ ਸਮਾਜ ਦੀ ਗੱਲ ਸੀਗੀ ਅਤੇ ਸਮਾਜ ਨੂੰ ਖੜਨਾ ਚਾਹੀਦਾ ਸੀਗਾ। ਫਿਰ ਮੇਰੇ ਵੀ ਤਾਂ ਬੱਚੇ ਆ, ਮੈਂ ਇਕੱਲੀ ਸੀਗੀ ਉੱਥੇ, ਫਿਰ ਰਾਜ਼ੀਨਾਮਾ ਹੀ ਹੋਣਾ ਸੀਗਾ, ਮੈਨੂੰ ਕਿਹੜਾ ਉਹਨੇ ਕੁਛ ਕਿਹਾ ਸੀ, ਪੂਰੇ ਸਮਾਜ ਦੀ ਗੱਲ ਸੀ। ਜਥੇਬੰਦੀਆਂ ਨੇ ਜਦੋਂ ਅਸੀਂ ਸਮਾਜਿਕ ਮੁੱਦੇ ਚੈਨਲ 'ਤੇ ਤੁਹਾਡੀ ਵੀਡੀਓ ਲਾਈ ਸੀ, ਜਥੇਬੰਦੀਆਂ ਨੇ ਜਾਂ ਨੌਜਵਾਨਾਂ ਨੇ ਤੁਹਾਡੇ ਨਾਲ ਕੰਟੈਕਟ ਕੀਤਾ ਤੁਹਾਡੇ ਨਾਲ ਆ ਕੇ ਖੜੇ? ਕਿਸੇ ਨੇ ਕੋਈ ਕਨੈਕਟ ਨਹੀਂ ਕੀਤਾ, ਅੰਗੂਠੇ ਭੇਜੀ ਗਏ, ਉਹਦਾ ਕੋਈ ਪਤਾ ਨਹੀਂ ਮੈਨੂੰ ਅੰਗੂਠੇ ਦਿਖਾਉਂਦੇ ਸੀ ਜਾਂ ਕੋਈ ਵਧੀਆ ਕਹਿੰਦੇ ਸੀਗੇ। ਚਲੋ ਰਿੰਪੀ ਜੀ, ਅਸੀਂ ਇਹੀ ਜਾਣਕਾਰੀ ਲੈਣੀ ਸੀ ਕਿਉਂਕਿ ਸਾਡੇ ਕੋਲ ਵਾਰ ਵਾਰ ਮੰਗ ਹੋ ਰਹੀ ਸੀ ਕਿ ਇਹਦਾ ਜਿਹੜਾ ਕੀ ਚੱਕਰ ਹੈ ਪਤਾ ਕਰੋ ਵਿੱਚ, ਹੈ ਨਾ। ਸਮਾਜਿਕ ਮੁੱਦੇ ਚੈਨਲ 'ਤੇ ਰਿੰਪੀ ਜੀ ਗੱਲ ਕਰਨ ਲਈ ਤੁਹਾਡਾ ਧੰਨਵਾਦ। ਤੁਸੀਂ ਸਮਾਜ ਲਈ ਆਵਾਜ਼ ਚੱਕਦੇ ਹੋ, ਅਸੀਂ ਤੁਹਾਡਾ ਉਸ ਤਰਫੋਂ ਵੀ ਧੰਨਵਾਦ ਕਰਦੇ ਹਾਂ। ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ।